हां जी दोस्तों स्वागत है साडे चैनल पंजाब ट्रैक्टर सेल ते सब तो पहला मेरे वाला ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਤੇ ਕਰਦੇ ਹੋ ਕਲਿੱਕ ਤਾਂ ਜੋ ਆਉਣ ਵਾਲੀ ਵੀਡੀਓ ਸਾਡੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਸਾਡਾ ਹਲਪਲਾਈ ਨੰਬਰ ਨੋਟ ਕਰੋ 8528387703 ਸਾਡਾ ਨੰਬਰ ਹੈ ਜੋ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇਕਰ ਕਿਸੇ ਵੀ ਵੀਰ ਨੇ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੋਵੇ ਜਿਵੇਂ ਟਰੈਕਟਰ ਟਰਾਲੀ ਹਾਲਤ ਵਾਂਗ ਸੁਭਾਗਾ ਉਹ ਸਾਡੇ ਇਸ ਨੰਬਰ ਤੇ ਇਹ ਸਾਡਾ WhatsApp ਨੰਬਰ ਹੈ ਤੇ ਇਸ ਤੇ ਤੁਸੀਂ ਆਪ ਉਸ ਦੀਆਂ ਫੋਟੋਆਂ ਸੈਂਡ ਕਰਕੇ ਤੇ ਨਾਲ ਹੀ ਉਸ ਦੀ ਲੋੜੀ ਦੀ ਜਾਣਕਾਰੀ ਭੇਜ ਕੇ ਆਪਣੀ ਮਸ਼ੀਨਰੀ ਦੀ ਐਡ ਸਾਡੇ YouTube ਚੈਨਲ ਤੇ ਲਗਵਾ ਸਕਦੇ ਹੋ ਐਡ ਦੇ ਲਈ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਬਿਲਕੁਲ ਫ੍ਰੀ ਦੇ ਵਿੱਚ ਕੀਤੀ ਜਾਵੇਗੀ ਤੇ ਜੇ ਕੋਈ ਵੀ ਵੀਰ ਮਸ਼ੀਨਰੀ ਨੇ ਫੋਟੋ ਸੈਂਡ ਕਰਦਾ ਹੈ ਤਾਂ ਉਸ ਦਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਹੀ ਦੱਸਿਆ ਕਰੋ ਉਹਨਾਂ ਦਾ ਰੇਟ ਦੱਸਿਆ ਕਰੋ ਜਿੰਨੇ ਦੀ ਮਸ਼ੀਨਰੀ ਹੋਵੇ ਬਾਕੀ ਬਹੁਤ ਲੋਕਾਂ ਦੀ ਕੰਪਲੇਂਟ ਆਉਂਦੀ ਹੈ ਕਿ ਮਸ਼ੀਨਰੀ ਦਾ ਰੇਟ ਫਿਕਸ ਮਸ਼ੀਨਰੀ ਦਾ ਰੇਟ ਜ਼ਿਆਦਾ ਹੈ ਤੇ ਸਾਡੇ ਸਾਡੇ ਵੀਡੀਓ ਵਿੱਚ ਕਿਸੇ ਵੀ ਮਸ਼ੀਨਰੀ ਦਾ ਜੋ ਰੇਟ ਹੈ ਫਿਕਸ ਨਹੀਂ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਇੱਕ ਦੱਸੀ ਹੋਈ ਡਿਮਾਂਡ ਹੁੰਦੀ ਹੈ ਤੇ ਮੌਕੇ ਤੇ ਲੈਸ ਹੋ ਜਾਂਦੀ ਹੈ ਇਸ ਕਰਕੇ ਜੇ ਕਿਸੇ ਨੇ ਕੋਈ ਮਸ਼ੀਨਰੀ ਦਾ ਚਾਹਵਾਨ ਹੋਏ ਤੇ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਸਕਦਾ ਹੈ ਦੋਸਤੋ ਅੱਜ ਆਪਣੇ ਕੋਲ ਸੇਲ ਵਿੱਚ 10855 ਟਰੈਕਟਰ ਹੈ ਇਸ ਦਾ ਮਾਡਲ ਹੈ ਜੋ ਹੈ 2004 ਮਾਡਲ ਤੇ ਟਰੈਕਟਰ ਦਾ ਜੋ ਏਰੀਆ ਹੈ ਉਹ ਹੈ ਸੰਗਰੂਰ ਜਿੱਥੇ ਟਰੈਕਟਰ ਖੜਾ ਹੈ ਬਾਕੀ ਕੰਡੀਸ਼ਨ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਹੋ ਟਰੈਕਟਰ ਪੰਜਾਬ ਨੰਬਰ ਹੈ ਟਰੈਕਟਰ ਪੂਰਾ ਹਾਲ ओरिजिनल ਹੈ ਬਾਡੀ ਚੈਸੀ ਲਿੰਕਾਂ ਦਾ ਰੰਗ ਸਾਰੇ ਨਾਲ ਦਾ ਹੈ ਕਿਤੇ ਵੀ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ ਪੂਰਾ ਚੈਨਿੰਗ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਨਾ ਹੀ ਕਿਤੇ ਡੈਮੇਜ ਹੈ ਤੇ ਜੋ ਟਰੈਕਟਰ ਦੇ ਟਾਇਰ ਹਨ ਉਹ ਬਿਲਕੁਲ ਨਵੇਂ ਟਾਇਰ ਹਨ ਅਗਲੇ ਤੇ ਪਿਛਲੇ ਨਵੇਂ ਟਾਇਰ ਹਨ ਅਗਲੇ ਬੀਕੇਟੀ ਦੇ ਟਾਇਰ ਹਨ ਤੇ ਪਿਛਲੇ ਗੁੱਡਇਰ ਦੇ ਟਾਇਰ ਹਨ ਟਰੈਕਟਰ ਡਬਲ ਕਲੱਚ ਸਿੰਪਲ ਸਟੀering ਤੇ ਸੈਂਟਰ ਗੇਅਰ ਦੇ ਨਾਲ ਤੇ ਰਿਵਰਸ ਵੀਡੀਓ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਸਾਫ਼ ਹੈ ਤੇ ਨਾ ਹੀ ਕਿਤੇ ਕੋਈ ਲੀਕਿੰਗ ਹੈ ਟਰੈਕਟਰ ਲੈਣ ਸਮੇ ਤੁਸੀਂ ਵਾਹ ਕੇ ਚਲਾ ਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਮਾਲਕ ਵੀਰਾਂ ਨੇ ਟਰੈਕਟਰ ਦੀ ਪੂਰੀ ਗਾਰੰਟੀ ਦਿੱਤੀ ਹੈ ਤੇ ਮਾਲਕ ਵੀਰਾਂ ਨੇ ਜੋ ਟਰੈਕਟਰ ਦੀ ਡਿਮਾਂਡ ਰੱਖੀ ਉਹ ਹੈ 280000 ਬਾਕੀ ਮੌਕੇ ਤੇ ਲੈਸ ਹੋ ਜਾਵੇਗੀ ਤੇ ਮਾਲਕ ਵੀਰਾਂ ਦਾ ਜੋ ਨੰਬਰ ਹੈ 9781548100 ਤੁਸੀਂ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਮਸ਼ੀਨਰੀ ਖਰੀਦਣ ਸਮੇ ਉਸਦੇ ਕਾਗਜ਼ ਪੱਤਰ ਜ਼ਰੂਰ ਚੈੱਕ ਕਰ ਲਿਆ ਕਰ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਦਿੱਕਤ ਨਾ ਸਕੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ